ਸੁਲੀ ਸਾਹਿਬ ਜਗਾ ਵੀ ਹੋਈ ਸੌਂ ਵੀ ਹੋਈ ਅੱਜ ਪੂਰੀ ਹੋ ਗਈ ਜਗਾ ਵੀ ਉਹ ਆ ਥੋੜਾ ਟਾਈਮ ਉਧਰ ਟਾਈਮ ਸਵੇਰ ਦਾ ਹੁਣ ਸ਼ਾਮ ਦਾ ਵਾ ਕਿਉਂਕਿ ਉਹਨਾਂ ਦੀ ਜ਼ਮਾਨਤੀ ਦੋ ਵਜੇ ਤੋਂ ਬਾਅਦ ਹੋਈ ਆ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਆ ਤੇ ਮੇਰੇ ਜਿੰਨੇ ਵੀ ਵਲੰਟੀਅਰ ਵੀਰ ਨੇ ਇਹਨਾਂ ਨੂੰ ਇੰਨੀ ਖੁਸ਼ੀ ਹੋਈ ਮੈਨੂੰ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਤੁਸੀਂ ਵੀ ਫੋਨ ਕੀਤਾ ਵੀ ਬੁੱਟੂ ਭਾਈ ਮੁਬਾਰਕਾਂ ਮੈਂ ਉਦੋਂ ਅਚਲ ਸਾਹਿਬ ਜੀ ਬਿਠਾਈ ਮੈਂ ਕੋਲੇ ਸ਼ੈਂਕਰ ਜੀ ਕੋਲ ਬਿਠਾ ਜਦੋਂ ਦੁਕਾਨ ਸੀ ਅੱਜ ਮਠਿਆਈ ਵਾਲੀ ਦੁਕਾਨ ਦਾ ਤੇ ਮੈਂ ਅਚਲ ਸਾਹਿਬ ਸੀ ਤੇ ਫਿਰ ਸਾਰੇ ਕਹਿੰਦੇ ਬਟੂਰ ਪਾਤ ਹੁਣ ਦੁਕਾਨ ਤੇ ਆ ਤੇ ਦੁਕਾਨ ਤੋਂ ਫਿਰ ਆਪਾਂ ਚਲ ਸਾਹਿਬ ਜਾਣਾਗਾ ਪਿਆਰਾਂ ਦੇ ਕੀ ਹਾਲਾਤ ਨੇ ਕਿਉਂਕਿ 40 ਦਿਨ ਹੋ ਗਏ ਪਿਆਰਾਂ ਦੇ ਹਾਲਾਤ ਠੀਕ ਨਹੀਂ ਕਿੰਨੇ ਤੇ ਪਿਆਰਾਂ ਦੇ ਤੁਹਾਨੂੰ ਪਤਾ ਹੀ ਆ ਫਿਰ ਹੁੰਦਾ ਤੇ ਆਈ ਨਾ ਫਿਰ ਹੁਣ ਸਾਹਿਬ ਆਹ ਕਦੀ ਕੋਈ ਜੁੱਤੀ ਤੋਂ ਬਿਗਾਰ ਮੈਂ ਕਦੀ ਰਿਆ ਨਹੀਂ ਸੀ ਆ ਕਦੀ ਤੇ ਜਿੱਥੇ ਜਾਣਾ ਬੂਟ ਜਾਂ ਜੱਪੜ ਲੈ ਕੇ ਜਾਣਾ ਹੁਣ ਫਿਰ ਕਦੋਂ ਪਾਰ ਰਹੇ ਹੋ ਹੁਣ ਮੈਂ ਚੱਪਲ ਉਹਦੋਂ ਪਾਉਣੀਆਂ ਜਦੋਂ ਕੇਜਰੀਲ ਸਾਹਿਬ ਮੈਨੂੰ ਦਿੱਲੀ ਬੁਲਾਉਣਗੇ ਤੇ ਜਾਂ ਉਹ ਬਟਾਲੇ ਆਉਣਗੇ ਕਿਉਂਕਿ ਉਹਨਾਂ ਕੋ ਕੋ ਟਾਈਮ ਘਟਿਆ ਇੱਕ ਛੇ ਤੱਕ ਉਹਨਾਂ ਨੂੰ ਜਮਾਨ ਦਾ ਟਾਈਮ ਮਿਲਿਆ ਹੋ ਸਕਦਾ ਮੈਨੂੰ ਉਹ ਦਿੱਲੀ ਬੁਲਾਉਣਗੇ। ਉੱਥੇ ਜਾ ਕੇ ਮੈਂ ਫਿਰ ਉੱਥੇ ਜਾ ਕੇ ਚੱਪਲ ਪਾ ਲਾਂਗਾ। ਉਨੀ ਦੇਰ ਹੁਣ ਚੱਪਲ ਨਹੀਂ ਪਾਉਣੇ। ਨਹੀਂ ਮੋਨੀ ਦੇਰ ਤੱਕ ਚੱਪਲ ਨਹੀਂ ਪਾਉਣੀ ਹੈਗੀ। ਅੱਜ ਫਿਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਪਹੁੰਚੇ ਨਾਲ ਸਾਥੀ ਵੀ ਆਏ ਨੇ। ਪਰਿਵਾਰ ਨੇ ਕੁਝ ਕਿਹਾ ਨਹੀਂ ਜਦੋਂ ਇਹ ਸੌ ਖਾਦੀ ਜਾਂ ਤੇ ਜਾਂ ਪੈਰ ਫਟ ਗਏ ਉਦੋਂ ਕੁਝ ਕਿਹਾ ਨਹੀਂ। ਨਹੀਂ ਪਰਿਵਾਰ ਵਾਲਿਆਂ ਨੂੰ ਖੁਸ਼ੀ ਹੋਈ ਆ ਵੀ ਜੇ ਤੁਸੀਂ ਐਡਾ ਵੱਡਾ ਪ੍ਰਣ ਕੀਤਾ ਵਾ ਫੇ ਹੋਰ ਕਿਨੇ ਨਹੀਂ ਕੀਤਾਗਾ ਤੇ ਬੜੀ ਖੁਸ਼ੀ ਦੀ ਗੱਲ ਆ। ਜੇ ਗੱਲ ਕੀਤੀ ਜਾਵੇ ਤਾਂ ਜਦੋਂ ਪਰਿਵਾਰ ਦਾ ਐਸਾ ਸਾਥ ਰਿਆ ਆਮ ਲੋਕਾਂ ਦਾ ਸਾਥ ਜਾਂ ਤੁਹਾਡੇ ਪਾਰਟੀ ਦੇ ਲੀਡਰਾਂ ਦਾ ਜਾਂ ਆਪੋਜੀਸ਼ਨ ਦੇ ਲੀਡਰਾਂ ਦਾ ਕਿੰਨਾ ਕੁ ਸਾਥ ਰਿਆ ਵੇਖੋ ਵੀਰੇ ਜਿੰਨੇ ਮੇਰੇ ਯਾਰ ਦੋਸਤ ਮੇਰੇ ਲਾਗੇ ਖਲੋਤੇ ਨੇ ਇਹਨਾਂ ਨੇ ਮੈਨੂੰ ਇੰਨਾ ਮੇਰਾ ਸਾਥ ਦਿੱਤਾ ਇਹਨਾਂ ਨੇ ਕਿਹਾ ਵੀ ਬਟੂਨ ਡੋਲਣਾ ਨਹੀਂ ਆਗਾ ਜੋ ਤੂੰ ਕਸਮ ਖਾ ਲਈ ਆ ਨਾ ਇਹ ਆਪਣੇ ਕਸਮ ਤੇ ਪੂਰੀ ਨਿਭਾਉਣੀ ਹੈਗੀ ਆ ਤੇ ਬਾਕੀ ਦੂਜੀਆਂ ਪਾਰਟੀਆਂ ਵੀ ਆਪਣੇ ਕਈ ਵੀ ਨੇਤਾ ਸੀ ਆਪਣੇ ਉਹ ਮੈਨੂੰ ਕਹਿੰਦੇ ਜੇ ਚੱਪਲ ਪਾੜਾ ਹੁਣ ਨੇਤਾ ਜੀ ਨੂੰ ਨਹੀਂ ਬਾਹਰ ਹੋਣਾਗਾ ਮੈਂ ਕਿਹਾ ਮੈਨੂੰ ਇਨੀ ਗੱਲ ਦੁਬਾਰਾ ਨਹੀਂ ਕਹਿਣੀ ਨੇਤਾ ਜੀ ਮੇਰੇ ਬਾਹਰ ਹੋਣਗੇ ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਅਚਲੇਸ਼ਵਰ ਧਾਮ ਤੇ ਮੇਰੇ ਭੂਲੇ ਸ਼ੰਕਰ ਮਹਾਰਾਜ ਜੀ ਤੇ ਮੇਰੇ ਗੁਨਾਉਂਦੇਵ ਜੀ ਮਹਾਰਾਜ ਤੇ ਮੈਂ ਜਦੋਂ ਵੀ ਆਪਣਾ 41 ਦਿਨ ਕੀਤੇ ਨੇ ਤੇ ਉਹਨਾਂ ਨੇ ਇੱਕ ਦਿਨ ਪਿੰਨੋ ਹੀ ਮੇਰੇ ਕਾ ਕ ਮਨੋ ਕਾਮਨਾ ਪੂਰੀ ਕੀਤੀ ਆ ਤੇ ਐਰਕਾਂ ਵੀ ਉਹਨਾਂ ਨੇ 40 ਦਿਨ ਦੀ 41 ਦਿਨ ਮੰਗੇ ਸੀ ਤੇ 40 ਦਿਨਾਂ ਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋ ਗਈ ਉਹਨਾਂ ਦੇ ਹੁਣ ਜ਼ਮਾਨਤ ਹੋ ਗਈ ਆ ਜਾਂ ਤੁਹਾਨੂੰ ਬੁਲਾਉਣਗੇ ਜਾਂ ਤੁਸੀਂ ਉੱਥੇ ਜਾਓਗੇ ਇਹ ਸਾਰੇ ਐਪੀਸੋਡ ਦੇ ਵਿੱਚ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲੈ ਕੇ ਤੇ ਵਾਰੰਟੀਅਰ ਤੱਕ ਕਿਸੇ ਹੋਰ ਨੇ ਐਸਾ ਪ੍ਰਣ ਕੀਤਾ ਸੀ ਨਹੀਂ ਹੋਰ ਕਿਸੇ ਨੇ ਐਸਾ ਪ੍ਰਣ ਨਹੀਂ ਕੀਤਾਗਾ ਤੁਸੀਂ ਕਿਹਾ ਨਹੀਂ ਇਹ ਮੈਂ ਕੀਤਾ ਜੀ ਰਕੇਸ਼ ਕੁਮਾਰ ਤੁਲੀ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਮੌਜੂਦ ਆ ਉਹਨਾਂ ਨੂੰ ਪੁੱਛਾਂਗੇ ਕਿ ਪਰਿਵਾਰ ਦੇ ਵਿੱਚ ਹਾਲਾਤ ਕਿੱਦਾਂ ਦੇ ਰਹੇ ਔਰ ਇਹਨਾਂ ਦੇ ਪੈਰਾਂ ਦੇ ਹਾਲਾਤ ਕਿੱਦਾਂ ਦੇ ਰਹੇ ਭਾਜੀ ਜਦੋਂ ਘਰ ਜਾਂਦੇ ਸੀ ਉਦੋਂ ਕਿੰਨੀ ਕਿ ਦਰਦ ਮਹਿਸੂਸ ਕਰਦੇ ਸੀ ਜਾਂ ਪਰਿਵਾਰ ਦਾ ਦੇਖ ਕੇ ਮਨ ਕਿੱਦਾਂ ਦਾ ਹੁੰਦਾ ਸੀ ਮੇਰੇ ਖਿਆਲ ਚ ਦਰਦ ਮਹਿਸੂਸ ਕਰਦੇ ਹੋਣਗੇ ਪਰ ਇਹਨਾਂ ਨੇ ਕਦੀ ਇਦਾਂ ਦਾ ਜਿਗਰ ਹੀ ਨਹੀਂ ਕੀਤਾ ਵੀ ਮੈਨੂੰ ਦਰਦ ਹੋ ਰਹੀ ਆ ਇਹਨਾਂ ਨੇ ਸਗੋਂ ਆਪਣਾ ਹੌਸਲਾ ਸਾਡੇ ਨਾਲ ਸਾਡਾ ਵੀ ਹੌਸਲਾ ਵਧਾਇਆ ਤੇ ਆਪਣਾ ਵੀ ਹੌਸਲਾ ਵਧਾਇਆ ਹੈਗਾ ਜੀ ਪਰ ਸਾਨੂੰ ਅੱਜ ਖੁਸ਼ੀ ਆ ਵੀ ਸਾਡੇ ਸੁਪਰੀਮੋ ਸਾਹਿਬ ਬਾਹਰ ਆ ਗਏ ਨੇ ਔਰ ਅਸੀਂ ਭਗਵੰਤ ਮਾਨ ਸਾਹਿਬ ਜੀ ਦੇ ਜੋ ਹੁਕਮ ਦੇਸ਼ਾਂ ਦੇ ਮੁਤਾਬਕ ਡੋਰ ਟੂ ਡੋਰ ਕਰਦੇ ਪਏ ਆਪਣੇ ਇਲੈਕਸ਼ਨ ਵਾਸਤੇ ਜੀ ਨੰਗੇ ਪੈਰੀ ਜਿੱਤਰੇ ਡੋਰ ਟੂ ਡੋਰ ਕਰਦੇ ਡੋਰ ਟੂ ਡੋਰ ਨੰਗੇ ਪੈਰੀ ਜੀ ਨੌ ਹਲਕਿਆਂ ਚ ਡੋਰ ਟੂ ਡੋਰ ਕਰਦੇ ਪਏ ਨੇ ਤੇ ਨੌ ਦਾ ਨੌ ਹਲਕਿਆਂ ਚ ਨੰਗੇ ਪੈਰੀ ਡੋਰ ਟੂ ਡੋਰ ਕਰਦੇ ਪਏ